ਮੈਂ ਕਰਦਾ ਅੱਲਾ ਦੇ ਫਜ਼ਲ ਕਰਾਮ ਦਾ ਸਭ ਦੋਸਤ ਬਾਪ ਠੀਕ ਠਾਕ ਹੋਸੋ ਤੇ ਮੈਂ ਠੀਕ ਠਾਕ ਫਰੈਸ਼ ਤੇ ਬਿਲਾ ਕਰਤੇ ਹੈ ਬਿਸਮਿਲ੍ਲਾ ਪੜ੍ਹਤੇ ਸ਼ੁਰੂ ਸੁਬਹ ਸੁਬਹ ਦਾ ਟਾਈਮ ਹੈ ਸੱਤ ਸਾਢੇ ਸੱਤ ਦਾ ਟਾਈਮ ਹੈ ਅਤੇ ਮੈਂ ਇਸ ਟਾਈਮ ਕਰ ਰਿਹਾ ਨਾਸ਼ਤਾ ਪਰਾਂਠਾ ਮੇਰੇ ਅੱਗੇ ਪਿਆ ਮੈਂ ਪਰਾਂਠਾ ਖਾਧੇ ਬੈਠਾ ਤਾਂ ਦੋਸਤਾਂ ਨੂੰ ਵਿਖਾ ਰਿਹਾ ਨਾਸ਼ਤਾ ਮੈਂ ਕਰ ਲਿਆ ਬਕਾਇਆ ਮੈਂ ਕਰ ਛੱਡਣ ਛੋਟੇ ਛੋਟੇ ਰੋਟੀ ਦੇ ਟੁਕੜੇ ਪਰਾਂਠੇ ਦੇ ਪਸੰਦ ਤਾਂ ਮੈਂ ਹੁਣ ਕਿੱਥੇ ਲੱਗਿਆ ਆਪਣੇ ਪਰਿੰਦਿਆਂ ਨੂੰ ਖੁਰਾਕ ਅਸਲ ਕਦੀ ਖੁਰਾਕ ਦੱਸ ਸਾਡੇ ਪਰਿੰਦੇ ਆ ਗਏ ਮੇਰੇ ਕਬੂਤਰੀ ਅੰਡੇ ਖਲਾਈ ਬੈਠੀ ਮਾਸ਼ਾ ਅੱਲਾਹ ਕਬੂਤਰ ਦਾ ਬੱਚੇ ਕੱਢੇ ਪਿਆ ਘਰ ਮੈਂ ਖੁਰਾਕ ਕੱਤ ਲਈ ਤੇ ਹੁਣ ਮੈਂ ਜਲਦੀ ਜਲਦੀ ਤਿਆਰ ਹੋ ਕੇ ਚੇਂਜ ਕਰ ਲਵਾਂ ਤੇ ਮੇਰਾ ਛੋਟਾ ਜਿਹਾ ਕਸਟਮਰ ਹੀ ਆਇਆ ਖਲਾਈ ਕੀ ਕੀ ਲਾਣੇ ਅਲਹਮਦੁਲਿਲਾ ਮੈਂ ਕੱਪੜੇ ਸ਼ਰਟ ਪਾ ਕੇ ਆਪਣੀ ਸ਼ਾਪ ਤੇ ਪਹੁੰਚਿਆ ਹਾਂ ਦੁਬਾਰਾ ਤੇ ਮੈਂ ਕਰਨ ਲੱਗਾ ਪਗੜੀ ਆਪਣੇ ਜਿੱਤਾਂ ਵਾਲਾ ਹਿਸਾਬ ਸ਼ਹਿਰ ਵਾਣਾ ਕਿਉਂਕਿ ਦੋਪੇ ਦੋਪੇ 'ਚ ਸਾਨੂੰ ਚਾਹੀਦਾ ਸਿਰ ਦਰਦ ਵਾਣਾ ਚਾਹੀਦਾ ਹੀਟ ਰੱਖਣੀ ਹੁੰਦੀ ਹੈ ਇਸ ਟਾਈਮ ਤਕਰੀਬਨ ਦਰਜਾ ਹਰਾਰਤ ਹੈ 50 ਦੇ ਨੇੜੇ ਗੇੜੇ ਹੈ ਸੁਬਹ ਸੁਬਹ ਪਸੀਨਾ ਹੀ ਵਾਂਦਾ ਪਿਆ ਤੂੰ ਤੂੰ ਮੇਰਾ ਤਾਂ ਪਗੜੀ ਸਿਰ ਤੋਂ ਵੱਲ ਲਈਏ ਨਿਕਲੀ ਸ਼ਹਿਰ ਸਾਈਕਲ ਮੇਰੇ ਸਾਹ ਕਿੱਕ ਸਾਡੀ ਦਿਹਾਤਾਂ ਦੀ ਇਹ ਪਹਿਚਾਣ ਪਗੜੀ ਜਿਹੜੇ ਇਸ ਸ਼ਹਿਰ ਸ਼ਹਿਰ ਗਹਿਵਰੇ ਨਾ ਜੱਟ ਪਿਆ ਅਸੀਂ ਪਗੜੀ ਵੱਲ 'ਤੇ ਵਧੇ ਹੁੰਦੇ ਹਾਂ ਸ਼ਹਿਰੀ ਬਾਬੂ ਉਹਨਾਂ ਦੇ ਪਫ ਸ਼ਫ ਹੋਏ ਭਾਈ ਟੋਪੀਆਂ ਖਾ ਲੈਂਦੇ ਸਾਨੂੰ ਟੋਪੀਆਂ ਲੱਗਦੀਆਂ ਕੋ ਜੀਆਂ ਦੇਖ ਕੈਸੀ ਲੱਗ ਰਹੀ ਇੱਥੇ ਰਿਹਾ ਸੈੱਟ ਹੋ ਗਏ ਰਿਹਾ ਨਸ਼ਾ ਨੇ ਪਾ ਲਈ ਤੱਕ ਅੱਖੀਂ ਧੁੱਪ ਨਾ ਲੱਗੇ ਠੰਡਕ ਰਵੇ ਹਾਏ ਮੇਰਾ ਚਸ਼ਮਾ ਹੁਣ ਪੂਰਾ ਹੀਰੋ ਹਾਂ ਸੈਡ ਹੀਰੋ ਨਹੀਂ ਜੈਨ ਹੀਰੋ ਸਰ ਇਨਸ਼ਾ ਅੱਲਾਹ ਨਵੀਂ ਫਿਲਮ ਹੈ ਸ਼ਾਮੀ ਮਿਲ ਸਨ ਵਾਲੇ ਵੀ ਏਜੰਸੀ ਤੁਸੀਂ ਪੈਟਰੋਲ ਸਮਾਨ ਕਿਹਦੇ ਚੱਲੇ ਹੈ ਸ਼ਹਿਰ ਖੈਰ ਹੈ ਬੁੜੇ ਨਾਲ ਆਈ ਜਾਂਦਾ ਪਿਆ ਸ਼ਹਿਰ ਕੀ ਕਰਨਾ ਵੀਹ ਬਟਾ ਅਤੇ ਬਈ ਖੈਰ ਹੈ ਠੀਕ ਹੋ ਆ ਸਾਨੂੰ ਕੋਈ ਪੈਟਰੋਲ ਮਾੜ ਦਿਆ 200 ਰੁਪਏ ਦਾ ਅੱਛਾ ਠੀਕ ਹੈ ਹਾਂ ਭਾਈ ਮੁੰਡਾ ਵਿਚਾਰਾ ਉਹ ਅੱਜ ਕੱਲ੍ਹ ਮੇਰਾ ਕੋਈ ਨਹੀਂ ਬਣਦਾ ਲੱਗਦਾ ਹੈ ਅੱਲਾ ਨੂੰ ਪਿਆਰਾ ਨਾ ਹੋ ਕੇ ਹੈ ਸਾਨੂੰ ਹਾਂ ਇੱਕ ਮਸਜਿਦ ਕੁਲਬਾ ਹੈ ਤਾਂ ਸਾਡੇ ਕੋਲ ਮੰਗਦਾ ਹੈ ਅਸੀਂ ਅੜ ਦਿੰਦਾ 20 ਰੁਪਏ ਦਿੰਦੇ ਅਸੀਂ ਲਾਜ਼ਮੀ ਲੇਕਿਨ ਤਕਰੀਬਨ ਹੋ ਗਏ 15-20 ਦਿਨ ਮੈਂ ਨਹੀਂ ਵੇਖਿਆ ਮਾਸ਼ਾ ਅੱਲਾ ਸਾਡੇ ਗਾਓਂ ਦੇ ਵਿੱਚ ਨਹਿਰ ਲੱਗਦੀ ਪਈ ਹੈ ਪਿਆਰੀ ਨਹਿਰ ਸਾਈਡ ਜੰਗਲ ਹੀ ਜੰਗਲ ਹੈ ਐਸਾ ਤਾਂ ਮੈਂ ਆਪਣੇ ਨਹਿਰ ਦੇ ਨਾਲ ਨਾਲ ਸ਼ਹਿਰ ਵਹਿੰਦੇ ਪਏ ਹਾਂ ਕਿਉਂਕਿ ਗਰਮੀ ਜ਼ਿਆਦਾ ਹੈ ਪਸੀਨਾ ਆਉਂਦਾ ਹੈ ਅਸਾ ਕਿਉਂਕਿ ਨਹਿਰ ਨਾ ਲੱਗੀ ਤਾਂ ਥੋੜ੍ਹੀ ਠੰਡ ਮਹਿਸੂਸ ਹੁੰਦੀ ਬੜੀ ਚਸ ਹੁੰਦੀ ਸਫ਼ਰ ਬੜਾ ਅੱਛਾ ਲੱਗਦਾ ਏਸੀ ਔਰ ਏਸੀ ਅੱਲਾ ਪਾਕ ਦਿੰਦਾ ਹੈ ਠੱਡੀਆਂ ਹਵਾਵਾਂ ਚੱਲਦੀਆਂ ਸਕੂਨ ਹੁੰਦਾ ਸਫ਼ਰ ਹੈ ਅਤੇ ਅਗਰ ਅਸੀਂ ਰੋਡ 'ਤੇ ਜਾਵੀਏ ਤਾਂ ਉਹ ਫਿਰ ਗਰਮੀ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ ਕਿਉਂਕਿ ਰੋਡ ਦੀ ਗਰਮੀ ਹੁੰਦੀ ਹੈ ਤਪਸ਼ ਹੁੰਦੀ ਹੈ ਅਤੇ ਨਹਿਰ ਦੇ ਨਾਲ ਬਹੁਤ ਸਕੂਨ ਨਾਲ ਰੱਖੀ ਜਾਂਦੇ ਪਏ ਸਕੂਨ ਨਾਲ ਚੜਿੰਦਾ ਮੈਂ ਨਹਿਰ ਦੇ ਨਾਲ ਅੱਛਾ ਬੜੀ ਪਿਆਰੀ ਪਿਆਰੀ ਕਰਦੀਆਂ ਅਜੂ ਕੀ ਹਾਲ ਹੈ ਖੈਰ ਹੈ ਅਲਹਮਦੁਲਿਲਾ ਖੈਰ ਖਰੀ ਵਾਲੇ ਪਹੁੰਚੇ ਹਾਂ ਆਪਣੇ ਮਾਸਟਰ ਮੋਬਾਈਲ 'ਤੇ ਇੱਕ ਖਰਾਵਣਾ ਮੋਬਾਈਲ ਦਾ ਲਾ ਲਾ ਖੁਲਾ ਅਤੇ ਫਿਰ ਸਾਂ ਗਾ ਤੁਸਰ ਸੌਦਰੀ ਸਾਂ ਅਸਲਾਮੁਅਲੈਕੁਮ ਵਰਹਮਤੁਲਿਲਾ ਇਹ ਹੈ ਹਮਜ਼ਾ ਸ਼ਰੀਫ ਉਹ ਹੈ ਅਲੀ ਸ਼ਰੀਫ ਅਲੀ ਖੈਰ ਹੈ ਕਿਸ ਤੋਂ ਬਿਆ ਠੀਕ ਹੋ ਅਸੀਂ ਪਹੁੰਚੇ ਹਾਂ ਆਪਣੇ ਮਾਸਟਰ ਮੋਬਾਈਲ 'ਤੇ ਮੋਬਾਈਲ ਦਾ ਵੇਖ ਮੈਨੂੰ ਮਸ਼ਵਰਾ ਦਿੰਦਾ ਪਿਆ ਸਾਰੀ ਤੁਸੀਂ ਵਨ ਪਲੱਸ ਲਓ ਲੇਕਿਨ ਮਾਲ ਤੁਹਾਨੂੰ ਪਤਾ ਕਮੀ ਹੋ ਗਈ ਸਟੋਰ ਬਣਾਉਣੇ ਹੋਏ ਤਾਂ ਸਾਂ ਸਹੀ ਸੈਟ ਐਨ ਕਰੀਬ ਫਿਲਹਾਲ ਮੈਂ ਵਾਈ 30 'ਤੇ ਗੁਜ਼ਾਰਾ ਕਰੀਏ ਵਾਈ 33 'ਤੇ ਅਤੇ ਇਨ ਸ਼ਾ ਅੱਲਾਹ ਸਾਂ ਨਵਾਂ ਸੈਟ ਹੀ ਅਤੇ ਹਮ ਤਾਂ ਪਹਿਲਾਂ ਸਾਨੇ ਰੱਖ ਦੇ FBR ਕਰ ਦੇ ਫਿਰ ਤਾਂ ਅਤੇ ਹਮਜ਼ਾ ਸ਼ਰੀਫ ਕੋਲ ਪਹੁੰਚੇ ਕਰੋ ਅਕਸਰ ਮੈਂ ਪਿੰਡ ਹੀ ਤੂੰ ਗਲੇ ਨਾ ਗਾ ਹਮਜ਼ਾ ਸ਼ਰੀਫ ਕੋਲ ਉਸ ਕੋਲ ਜਾ ਕੋਲ ਖੁਲਾ ਲਿਆ ਨਾ ਲੈਂਦਾ ਜੀ ਕੋਈ ਨਾ ਤਾਂ
لائک کرو ہم ذرا چینل ہے جی ایم ایس حمزہ یہ ستوان موبائل کے بارے معلومات مل سی ٹوٹلی علی ریپیئرنگ ماسٹر ہوئے بڑا سنا علی چنگا کام ہے زبردست میرا پرانا یار بچپن کا بیلی نکو جی ہوں تو ہوں تو وڈا سارا ہے اس ٹائم میرا یوٹیوب کا ویور ہے خان اور دکان پہنچا صبح سامان کٹتا پتا سا خیر سم ٹھیک ہو ہاں میرا مال نکل گیا نا اور بول اور سبنی والے یقوب یقوب کٹ دو میرا نکل ہے اس طرح آئٹم دل بھائی اور بنا رہے ہیں خرید ہو رہی چڑھ گیا چڑھ گیا الحمد للہ سودا سا ایسا تو میں خرید لیا چھنپ بیٹھا اچھی ہونے چلے آپ گھر چلو تم سب نے پینڈ آپ چاہتے رات مل کے اپنے کزن مشین لائی بڑا پٹھان پٹھا چڑھ گئی آئے آئے پٹھانا آئے پٹھان ڈکرے پٹھان برندہ ہونا رانا پٹھان السلام علیکم زبردست گھر بار الحمد للہ خیر خریدا گھر پہنچا سودا وغیرہ دکان میں سیٹنگ کر لی ریحان حسن کھاتے نو آم بھی کھاتا کیلا کھاتا اڑ دڑ سارا گند ہوا بیٹا سارا میں صاف کرتا چلیا گھر کچھ نہیں کرے چلیے چلیے چلو بھائی چلو امن چپ ٹوپی فات کر ٹوپی کر لیا گرمی بڑی ہے میں پگڑی کر لی ہے ٹوپی کر لیا ہے پوچھنے چاہیے آ گیا ڈیرے تھے کڑ دکھے نا ماحول ماشاء اللہ تازہ پیٹھا لگا پیا ہے مانو کیڑا پیارا پیٹھا لگا پیا گھٹ سبزی الحمد للہ ماشاء اللہ ادھر ٹریکٹر ماشاء اللہ جی کباڑ چلے ہوئے واہ ترے شری ماشاء اللہ ماشاء اللہ لگا میں ٹریکٹر نہ لگا میں لگی 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 ٹریکٹر لگا پیا موبائل واہ بھائی واہ بھائی واہ موبائل جگاڑ لاوے نے نال لاوے نے کن بیٹا رو پنڈا تھا مارے چے اپنے تھوں پتہ ہے بجلی ہوندی کوئی ڈیریاں تے اون بڑا جگاڑ لاوے نے نال کنویٹر لے اوندے نے موبائل تے ہر بندے کول اس ٹائم ضرورت ہے پتہ چا جنگل ہی بیٹھا ہے چاہے شہر ہے چاہے دیا جتھے بیٹھا موبائل بند رکھیندے ہوں تو جم دا بال ہی ادا با موبائل لے رکھی میں تاں باہر آنے یہ بالک ساڈے لیے ہوا موبائل نال چارجر ہی لیا ٹریکٹر تو چارے کریں دن ساڈے درمیانے جٹ بران بہت شریف بندے ہاں من اچھے بندے نا چلیے ہوں اچھے ہوں چلتے ہیں ساری ککڑی ودی نا سن اپنی ککڑی سجاٹ ودا دیا ہے ساری ککڑیاں ہو گئے ہیں سن ساری ککڑ ہیں اچھے اپنے ساری ککڑے من بچے ہی نکلے ہوئے ساری ککڑی واڑا بھی کھینا جتھے بکریاں رت ڈکے ہوندے نا پیسے ڈنگر بھائی دن دیگر دا ٹائم ہے دھوپ دی وے تو دن چھاں تے بنے دن زوان میرا پتریا بنیا وی السلام علیکم یار خیر ہے سنا میں چسرا رہا ہاں میں تے ویندا پیا ہاں دوے تھائی نہیں سارے ہاتھ کھچ سا ہاں کدھر ہاتھ کی حال ہے خیر ہے چولے چولے لا تے ایڈی گرمی ہے سامن آت نہیں گیا ہاں سامن چڑھ گیا تے
ਗਰਮੀ ਵਾਕਿਆ ਦੌੜ ਕੱਢੀ ਡੰਗਰ ਛੁੜਿਆ ਚਰਾਂ ਵਾਸਤੇ ਕਮਾਉਂਦਾ ਵਗੈਰਾ ਫਿਰਦੇ ਨੂੰ ਮੈਂ ਤਾਂ ਪਹੁੰਚਿਆ ਮੂਨ ਘਰ ਥੈਂਕ ਕਰੂ ਐਂਡ ਇਨਸ਼ਾਅੱਲਾ ਨਵੇਂ ਵਲੌਗ ਲਾ ਦੁਬਾਰਾ ਆਦਰ ਸਾਂ ਹੋ ਦਿਓ ਮੈਨੂੰ ਇਜਾਜ਼ਤ ਅੱਲਾ ਹਾਫਿਜ਼।